ਸੋਨੂ ਸੂਦ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਨੇ ਸੋਨੂ ਸੂਦ ਦੀ ਕਾਰ ਕਬਜ਼ੇ ਦੇ ਵਿੱਚ ਲੈ ਲਈ ਹੈ ਪੂਰੀ ਜਾਣਕਾਰੀ ਜੋ ਸਾਨੂੰ ਮਿਲੀ ਹੈ ਉਹ ਤੁਹਾਨੂੰ ਦੱਸ ਦਿੰਨੇ ਹਾਂ ਕਿ ਕਿਉਂ ਅਜਿਹਾ ਹੋਇਆ ਹੈ ਦਰਅਸਲ ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੱੱਚਰ ਸੂਦ ਇਹ ਸੋਨੂ ਸੂਦ ਦੇ ਭੈਣ ਹੈਗੇ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਦਿੱਤੀ ਹੈ ਸੋਨੂ ਸੂਦ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਾਏ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀਡੀਓ ਦੇ ਰਾਹੀਂ ਕਹਿੰਦੇ ਸੋਨੂ ਸੂਦ ਕਾਂਗਰਸ ਦੇ ਉਮੀਦਵਾਰ ਤੇ ਆਪਣੀ ਭੈਣ ਮਾਲਵਿਕਾ ਨੂੰ ਵੋਟਾ ਪਾਉਣ ਦੀ اپیل ਕਰਦਾ ਨਜ਼ਰ ਆਇਆ ਸੀ ਤੇ پولیس ਪ੍ਰਸ਼ਾਸਨ ਨੇ ਹੁਣ ਸੋਨੂ सूद ਦੀ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਇਹ ਬਨਵੈਸਬਾਪ ਨੂੰ ਜਾਣਕਾਰੀ ਮਿਲ ਰਹੀ ਹੈ ਤੇ ਅਦਾਕਾਰ ਸੋਨੂ सूद ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਹੋਣ ਕਰਕੇ ਗੱਡੀ ਸਾਈਡ ਤੇ ਖੜੀ ਕੀਤੀ ਗਈ ਸੀ ਇਹ ਅਜਿਹੀ ਕੋਈ ਜਿਹੜੀ ਗਲਤੀ ਮੈਂ ਨਹੀਂ ਕੀਤੀ ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਅਧਿਕਾਰੀ ਤੇ ਐਸਡੀਐਮ ਸਤਵੰਤ ਸਿੰਘ ਨੇ ਸੋਨੂ सूद ਨੂੰ ਘਰੇ ਰਹਿਣ ਦੀ ਹਦਾਇਤ ਕੀਤੀ ਹੈ निगरानी टीमਾਂ ਵੀ ਲਾ ਦਿੱਤੀਆਂ ਗਈਆਂ ਨੇ ਤੇ ਡੀਐਸਪੀ ਸਿਟੀ ਜਸ਼ਨਦੀਪ ਗਿੱਲ ਨੇ ਚੋਣ অবজারভার ਦੀ ਹਦਾਇਤੇ ਸੋਨੂ सूद ਦੀ ਐਂਡਿਵਰ ਗੱਡੀ ਕਬਜ਼ੇ ਦੇ ਵਿੱਚ ਲੈਣ ਦੀ ਪੁਸ਼ਟੀ ਵੀ ਕੀਤੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਸੋਨੂ सूद ਗੱਡੀ ਦੇ ਵਿੱਚ ਬੈਠੇ ਨੇ ਤੇ ਪੁਲਿਸ ਹੈ ਜਿਹੜੀ ਉਹ ਆਸ-ਪਾਸੇ ਦਿਖਾਈ ਦੇ ਰਹੀ ਹੈ ਸੋ ਇਹ ਵੱਡੀ ਖਬਰ ਹੁਣ ਦੀ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਗੜਬੜੀ ਦੀਆਂ ਖਬਰਾਂ ਆ ਚੁੱਕੀਆਂ ਨੇ ਤੇ ਸੋਨੂ सूद ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ ਮੋਗਾ ਸੀਟ ਕਿਤੇ ਨਾ ਕਿਤੇ ਦਾ ਸੀ ਕਿ ਮੋਗਾ ਸੀਟ ਵੀ ਹੌਟ ਸੀਟਾਂ ਦੇ ਵਿੱਚੋਂ ਇੱਕ ਹੈ ਪਰ ਹੌਟ ਸੀਟ ਨਹੀਂ ਬਣ ਸਕੀ ਤੇ ਇੱਥੋਂ ਹੁਣ ਦੇਖੋ ਕਿ ਕਿਹਨੇ ਜਿੱਤਣਾ ਹੈ ਕਿਉਂਕਿ ਜਦੋਂ ਸੋਨੂ ਸੂਦ ਦੀ ਭੈਣ ਮਾਲਵਿਕਾ ਨੂੰ ਕਾਂਗਰਸ ਨੇ ਟਿਕਟ ਦਿੱਤੀ ਸੀ ਤਾਂ ਕਾਂਗਰਸ ਦੇ ਜਿਹੜੇ ਮੌਜੂਦਾ ਐਮ.ਐਲ.ਏ ਸੀਗੇ ਉਹ ਨਰਾਜ਼ ਹੋ ਕੇ ਭਾਜਪੀ ਦੇ ਵਿੱਚ ਵੀ ਚਲੇ ਗਏ ਸੀ ਸੋਨੂ ਸੂਦ ਨੇ ਨਾਲ ਜੁੜੀ ਇੱਕ ਹੋਰ ਖਬਰ ਆ ਰਹੀ ਹੈ ਸੋਨੂ ਸੂਦ ਦੀ ਗੱਡੀ ਥੋੜੀ ਦੇਰ ਪਹਿਲਾਂ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਈ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਸੋਨੂ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸੋਨੂ ਸੂਦ ਦੀ ਭੈਣ ਜਿਹੜੇ ਮਾਲਵਿਕਾ ਸੂਦ ਮੋਗਾ ਤੋਂ ਉਹ ਲੜ ਰਹੇ ਨੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਸੋਨੂ सूद ਨੇ ਖੁਦ ਸ਼ਿਕਾਇਤ ਦਿੱਤੀ ਹੈ ਕਿ ਮੋਗਾ ਦੇ ਬਾਕੀ ਜਿਹੜੇ ਉਮੀਦਵਾਰ ਨੇ ਉਹ ਵੋਟਾਂ ਖਰੀਦ ਰਹੇ ਨੇ ਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੋਨੂ सूद ਨੇ ਹੁਣ ਚੋਣ ਕਮਿਸ਼ਨ ਨੂੰ ਹਦਾਇਤ ਸ਼ਿਕਾਇਤ ਜਿਹੜੀ ਉਹ ਕੀਤੀ ਹੈ ਕੇ ਵੋਟਾਂ ਖਰੀਦ ਰਹੇ ਨੇ ਉਮੀਦਵਾਰ ਬਾਕੀ ਉਮੀਦਵਾਰ ਨੇ ਜਿਹੜੇ ਉਹ ਵੋਟਾਂ ਖਰੀਦ ਰਹੇ ਨੇ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਜਿਹੜੀਆਂ ਲਗਾਤਾਰ ਆਪਾਂ ਨੂੰ ਮਿਲ ਰਹੀਆਂ ਨੇ ਸੋਨੂ ਸੂਦ ਦੀ ਤਸਵੀਰ ਤੁਸੀਂ ਦੇਖ ਸਕਦੇ